मेरे मेरे बार बार बोलता बोल भी देना की बस यार प्लीज चिल आउट मैं हने उठा तुम मेन सवेरे सवेरे तंग करने लग गयो सो मैं कंबल ना पर पता नहीं किबल छा मेरे सिर ऐसी पा दें इत की बर्फ पै रही है ਸਮਝੋ ਫਿਰ ਮੇਰੇ ਦਾਦਾ ਜੀ ਮੈਨੂੰ ਬਾਹਰ ਲੈ ਜਾਂਦੇ ਹੈਗੇ ਵਾਕ ਤੇ ਮੈਨੂੰ ਲੱਗਦਾ ਮੈਂ ਫਾਇਨਲੀ ਆਪਣੇ ਗੰਦੇ ਪਾਪੇ ਤੋਂ ਦੂਰ ਹੋ ਗਿਆ ਪਰ ਉਹ ਵੀ ਨਾਲ ਪਿੱਛੇ ਪਿੱਛੇ ਘੁੰਮ ਰਹੇ ਹੁੰਦਾ ਫਤਿ ਮੈਨੂੰ ਬ੍ਰੇਕ ਨਹੀਂ ਦਿੰਦਾ ਉਹਨੂੰ ਪਤਾ ਦਾਦਾ ਜੀ ਮੈਨੂੰ ਐਕਸਰਸਾਈਜ਼ ਨਹੀਂ ਕਰਾਉਣਗੇ ਉਹਦੇ ਵੰਗੋ ਫਾਇਨਲੀ ਦਾਦਾ ਜੀ ਉਹਨੂੰ ਲਾਤ ਮਾਰ ਕੇ ਬਿਜਾ ਦਿੰਦੇ ਤੇ ਫਿਰ ਅਸੀਂ ਕੁਮਨ ਫਿਰ ਚਲੇ ਜਾਂਦੇ ਮੈਂ ਦਾਦਾ ਜੀ ਨੂੰ ਖਿੱਚ ਕੇ ਦੂਰ ਲੈ ਜਾਂਦਾ ਨਾ ਤੇ ਉਹਨਾਂ ਦੇ ਨਾਲ ਕਿੱਥੇ ਜਾ ਕੇ ਬਹਿ ਜਾਣਾ ਇਹਦਾ ਮੈਂ ਉੱਥੇ ਹੀ ਬੈਠਾ ਰਹਿਣਾ ਕਿਉਂਕਿ ਮੈਂ ਘਰ ਵਾਪਸ ਜਾਣਾ ਨਹੀਂ ਚਾਹੁੰਦਾ ਤੇ ਦਾਦੀ ਦੇ ਨਾਲ ਟਿਕਟੌਕ ਦੇ ਵੀਡੀਓ ਦੇਖਣ ਜਾਂਦਾ ਫਾਨ ਨੇ ਮੈ ਪਾਪੇ ਨੂੰ ਨਹੀਂ ਮਿਲਾਂ ਮੈਂ ਅੱਗੇ ਪਿੱਛੇ ਭੱਜੀ ਜਾਣਾ ਹੈ ਰਾਂ ਮੈਂ ਦਰਵਾਜ਼ੇ ਨੂੰ ਵੀ ਲੱਭਦਾ ਹੈਗਾ ਪਰ ਦਰਵਾਜ਼ਾ ਲੱਭਦਾ ਹੀ ਨਹੀਂ ਮੈਂ ਮੰਮਮੀ ਨੂੰ ਵੀ ਬੋਲੀ ਜਾਂਦਾ ਮੰਮੀ ਬੱਸ ਉਹ ਹੋ ਗਿਆ ਮੈਨੂੰ ਪਾਪੇ ਤੋਂ ਦੂਰ ਕਰ ਦਿਓ ਪਰ ਮੰਮੀ ਸਮਝਦੀ ਨਹੀਂ ਯੇ ਉਹ ਦਾਦੀ ਨੂੰ ਬੁਲਾਉਂਦੀ ਐ ਤੇ ਦਾਦੀ ਵੀ ਮੈਨੂੰ ਸੇਮ ਗੱਲ ਸੁਣਾਉਣ ਦੀ ਕੋਸ਼ਿਸ਼ ਕਰਦੀ ਐ ਉਹ ਕਹਿੰਦੀ ਐ ਹਾਈ ਮੇਰਾ ਹੱਥ ਫੜ ਲਾ ਪਾਪੇ ਕੋਲ ਤਾਲ ਜਾ ਮੈਂ ਕਹਿੰਦਾ ਨਹੀਂ ਜਾ ਮੈਂ ਪਾਪੇ ਕੋਲ ਤੰਗ ਆ ਗਏ ਗੱਦੇ ਪਾਪੇ ਤੋਂ ਦੂਰ ਕਰੋ ਮੈਨੂੰ ਕੱਲ ਮੈਂ ਨਾਲ ਨੂੰ ਕਹਿੰਦਾ ਮੈਨੂੰ ਕੁਝ ਖਾਣ ਲੈ ਦੇ ਦੇ ਤਾਂ ਮੈਨੂੰ ਲੱਗਦਾ ਲਾਲ ਲਾਜੀ ਕੋਈ ਸਵਾਦ ਹੀ ਚੀਜ਼ ਹੋएगी ਕੋਈ ਟਾਫੀ ਟੂਵੀ ਭਰਾ ਇਸ਼ਕਾਂ ਤੋਂ ਤਾਂ ਪਤਾ ਲੱਗ ਜਾਣਾ ਚਾਹੀਦਾ ਕਿ ਮੈਨੂੰ ਸਵਾਦ ਨਹੀਂ ਲੱਗਦੀ ਮੈਂ ਕੋਈ ਕਰਗੋਸ਼ ਹਾਂ ਪਰੇ ਕਰੋ ਮੈਨੂੰ ਇਤੋਂ ਇਸ ਲਈ ਮੈਂ ਦੇਸ਼ ਲਾ ਕੇ ਪੱਜਣਾਂ ਦਾ ਦੂਰ ਦੂ ਮੈਂ ਖਾਣੇ ਦੱਦ ਜੀ ਸੈਲਡਾਈਟ